ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਤੇ ਜਲੰਧਰ ਦੀ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਅੱਜ 22 ਮਾਮਲੇ ਜਿਹੜੇ ਕੋਰੋਨਾ ਵਾਇਰਸ ਦੇ ਹੋ ਗਏ ਨੇ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਵੀ ਨਾਕੇ ਲਗਾਏ ਗਏ ਨੇ ਤੇ ਨਾਲ ਹੀ ਜਿਹੜਾ ਮਾਸਕ ਲਈ ਜਿਹੜੇ ਮਾਮਲੇ ਵੀ ਦਰਜ ਕਰਨੇ ਸ਼ੁਰੂ ਕਰ ਦਿੱਤੇ ਹੈ। ਸਾਡੇ ਨਾਲ ACP ਵੈਸਟ ਬਲਜਿੰਦਰ ਸਿੰਘ ਵੀ ਮੌਜੂਦ ਹੈ, ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਜੇ ਗੱਲ ਕਰੀਏ ਆਪਾਂ ਵੀ ਮਾਮਲੇ ਲਗਾਤਾਰ ਵੱਧਦੇ ਨਜ਼ਰ ਆ ਰਹੇ ਹੈ, ਪੁਲਿਸ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ, ਪਰ ਲੋਕ ਫਿਰ ਵੀ ਘਰਾਂ 'ਚੋਂ ਬਾਹਰ ਨਿਕਲ ਰਹੇ ਹੈ। ਅਸੀਂ ਫਿਰ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਜੋ ਹਦਾਇਤਾਂ ਸਾਡੇ CM ਸਾਹਿਬ ਵੱਲੋਂ ਦਿੱਤੀਆਂ ਗਈਆਂ ਨੇ ਵੀ ਅੰਦਰ ਰਹੋ ਅਤੇ ਸੇਫ ਰਹੋ, ਪਰ ਕੁਛ ਅਨਸਰ ਜਿਹੜੇ ਨਹੀਂ ਹਟ ਰਹੇ, ਫਿਰ ਅਸੀਂ ਉਹਨਾਂ ਦਾ ਹੁਣ ਟ੍ਰੈਫਿਕ ਚਲਾਨ ਵੀ ਕਰ ਰਹੇ ਹਾਂ। ਪਲੱਸ ਨਾਲ ਇੱਕ ਹੁਕਮ ਪਾਸ ਹੋਇਆ ਸਰਕਾਰ ਵੱਲੋਂ ਵੀ ਜਿਹਨੇ ਵੀ ਬਾਹਰ ਜੇ ਆਉਣਾ ਹੈ ਕੋਈ ਐਮਰਜੈਂਸੀ ਹੈ ਤਾਂ ਮਾਸਕ ਪਾ ਕੇ ਆਵੇ, ਜੇ ਮਾਸਕ ਬਾਹਰ ਆਉਂਦੇ ਆ ਤਾਂ ਅਸੀਂ ਉਹਦੇ ਖਿਲਾਫ਼ ਵੀ ਪਰਚੇ ਕਰ ਰਹੇ ਹਾਂ। ਅੱਜ ਗੱਲ ਕਰੀਏ ਅੱਜ ਕਿੰਨੇ ਪਰਚੇ ਦਿੱਤੇ ਜਿਹੜੇ ਮਾਸਕ ਤੋਂ ਬਿਨਾਂ? ਸਾਊਥ ਵੈਸਟ ਵਿੱਚ ਥਾਣਾ ਭਾਰੂ ਕੈਂਪ ਵਿਖੇ ਇੱਕ ਪਰਚਾ ਦਰਜ ਹੋਇਆ, ਡਿਵੀਜ਼ਨ 5 ਵਿੱਚ 2 ਪਰਚੇ ਦਰਜ ਹੋਏ ਅਤੇ ਬਸਤੀ ਬਾਬਾਖਲ ਵਿੱਚ 1 ਪਰਚਾ ਦਰਜ ਕੀਤਾ ਗਿਆ। ਸਰ, ਜੇ ਗੱਲ ਕਰੀਏ ਆਪਾਂ ਲੋਕ ਬਾਰ ਬਾਰ ਅਪੀਲ ਕਰਨ ਤੋਂ ਬਾਅਦ ਵੀ ਬਾਹਰ ਆਉਂਦੇ ਆ ਤਾਂ ਕੀ ਜਿਹੜੇ ਆ ਬਹਾਨੇ ਲਾਉਂਦੇ ਨੇ? ਬਹਾਨੇ ਤਾਂ ਲੋਕਾਂ ਕੋਲ ਇੱਕੋ ਹੀ ਬਹਾਨੇ ਰੱਖੇ ਇਹਨਾਂ ਨੇ ਵੀ ਦਵਾਈ ਲੈਣ ਚੱਲੇ ਹਾਂ, ਜਦਕਿ ਦਵਾਈਆਂ ਦੀਆਂ ਦੁਕਾਨਾਂ ਹੁਣ 10 ਤੋਂ 5 ਖੁੱਲੀਆਂ ਨੇ। ਪਤਾ ਨਹੀਂ ਕਿਉਂ ਸਾਡੇ ਲੋਕਾਂ ਦੀ ਮਾਨਸਿਕਤਾ ਇਹ ਬੜੀ ਹੋਈ ਆ ਵੀ ਅਸੀਂ ਬਾਹਰ ਹੀ ਆਉਣਾ ਹੈ, ਜਦਕਿ ਇਹ ਸਭ ਕੁਛ ਜੇ ਕਰਫਿਊ ਲਗਾਇਆ ਗਿਆ ਤਾਂ ਉਹਨਾਂ ਦੀ ਸਿਹਤ ਵਾਸਤੇ ਲਗਾਇਆ ਗਿਆ ਤਾਂ ਕਿ ਅਸੀਂ ਸੇਫ ਰਹੀਏ ਅਤੇ ਕੋਰੋਨਾ ਤੋਂ ਬਚੀਏ। ਲੋਕ ਕਈ ਲੋਕ ਅੱਛੇ ਨੇ ਜਿਹਨਾਂ ਨੇ ਆਪਣੀ ਗਲੀਆਂ ਬੰਦ ਕਰ ਲਈਆਂ ਨੇ ਅਤੇ ਹੁਣ ਅੱਗੇ ਨੂੰ ਬਾਹਰ ਆਉਣੇ ਘਟੇ ਨੇ। ਇਸ ਤਰ੍ਹਾਂ ਕਿ ACP ਵੈਸਟ ਜੀ ਨਾਲ ਵੀ ਗੱਲ ਕੀਤੀ ਅਤੇ ਲਗਾਤਾਰ ਜਿਹੜੀ ਪੁੱਛਗਿੱਛ ਚੱਲ ਰਹੀ ਹੈ, ਤੁਸੀਂ ਦੇਖ ਸਕਦੇ ਹੋ ਜੇ ਕੋਈ ਆਉਂਦਾ ਉਹਦੇ ਕੋਲ ਪੁੱਛਿਆ ਜਾਂਦਾ ਕਿੱਧਰ ਚੱਲਾ, ਪਰ ਜ਼ਿਆਦਾਤਰ ਜਿਹੜੇ ਮਾਮਲੇ ਸਾਹਮਣੇ ਆ ਰਹੇ ਆ ਲੋਕ ਜਿਹੜੇ ਆ ਦਵਾਈਆਂ ਦੇ ਬਹਾਨੇ ਲਾ ਕੇ ਬਾਹਰ ਨਿਕਲਦੇ ਆ, ਪਰ ਉਹਨਾਂ ਨੂੰ ਵੀ ਦੱਸਣਾ ਚਾਹੂੰਗਾ ਕਿ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ, ਕਿਉਂਕਿ ਜਿੱਥੇ ਪੂਰਾ ਦੇਸ਼ ਇਸ ਨੂੰ ਲੈ ਕੇ ਕਾਫੀ ਸਾਵਧਾਨੀਆਂ ਵਰਤ ਰਿਹਾ ਹੈ, ਪਰ ਕੁਝ ਲੋਕ ਜਿਹੜੇ ਹੈ ਬਾਹਰ ਨਿਕਲਦੇ ਆ ਜਿਨ੍ਹਾਂ ਦੇ ਕਾਰਨ ਜਿਹੜੇ ਜਲੰਧਰ ਦੇ ਵਿੱਚ ਹੁਣ ਮਾਮਲੇ ਵੱਧਦੇ ਨਜ਼ਰ ਆ ਰਹੇ ਆ। ਜਿਸ ਤਰ੍ਹਾਂ ਕਿ ਅੱਜ ਕੋਰੋਨਾ ਪੋਜ਼ਿਟਿਵ ਕੇਸਾਂ ਦੀ ਜਿਹੜੀ ਸੰਖਿਆ ਹੈਗੀ ਉਹ 22 ਹੋ ਗਈ ਹੈ, ਇਸ ਲਈ ਆਪਣੇ ਘਰਾਂ 'ਚ ਰਹੋ ਅਤੇ ਸੁਰੱਖਿਅਤ ਰਹੋ। ਕੈਮਰਾਮੈਨ ਮਨੀ ਬਰਾੜ ਦੇ ਨਾਲ ਵਿਨੋਦ ਸੱਭਰਵਾਲ, ਲਿਵਿੰਗ ਇੰਡੀਆ ਨਿਊਜ਼, ਜਲੰਧਰ। ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਤੇ ਅੱਜ ਦੀ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ESS ਗਲੋਬਲ ਤੁਹਾਨੂੰ ਇਹ ਐਡਵਾਈਸ ਦਿੰਦਾ ਕਿ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ, ਆਪਣੀ ਹੈਲਥ ਅਤੇ ਸੇਫਟੀ ਦਾ ਖਿਆਲ ਰੱਖੋ, ਸਿਰਫ ਜਿਹੜੇ ਬਹੁਤ ਜ਼ਰੂਰੀ ਕੰਮ ਹੈ ਉਹਨਾਂ ਵਾਸਤੇ ਹੀ ਘਰੋਂ ਬਾਹਰ ਨਿਕਲੋ। ਇੱਥੇ ਹੀ ਕੁਐਸਚਨ ਖੜ੍ਹਾ ਹੁੰਦਾ ਕਿ ਮੇਰਾ ਬਾਹਰ ਜਾਣ ਦਾ ਸੁਪਨਾ ਬਿਨਾਂ ਘਰੋਂ ਬਾਹਰ ਨਿਕਲੇ ਕਿੱਦਾਂ ਪੂਰਾ ਹੋਏਗਾ। ਤੁਹਾਡੇ ਸਾਰੇ ਸੁਪਨਿਆਂ ਨੂੰ ਮੁੱਖ ਰੱਖਦੇ ESS ਗਲੋਬਲ ਲੈ ਕੇ ਆਇਆ ਔਨਲਾਈਨ ਪਲੈਟਫਾਰਮ, ਲੌਗਇਨ ਕਰੋ ESSGlobal.com। ਔਨਲਾਈਨ ਕਾਉਂਸਲਿੰਗ ਘਰੇ ਬੈਠੇ ਪੂਰੇ ਪਰਿਵਾਰ ਨਾਲ ਲਓ, ਘਰੇ ਬੈਠ ਕੇ ਸਪਟੈਂਬਰ 2020 ਇਨਟੇਕ ਵਾਸਤੇ। ਹੁਣੇ ਲੌਗਇਨ ਕਰੋ ESSGlobal.com ਐਂਡ ਆਪਣੀ ਕਾਉਂਸਲਿੰਗ ਦੀ ਔਨਲਾਈਨ ਕਾਉਂਸਲਿੰਗ ਦੀ ਅਪੁਆਇੰਟਮੈਂਟ ਬੁੱਕ ਕਰੋ।